ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਲਿਮਿਟਡ ਗਿਆਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਤਰਸੇਮ ਜੱਸੜ ਦੀ ਲਿਖਤ ਅਤੇ ਆਵਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਤਰਸੇਮ ਜੱਸੜ ਦੀ ਇੱਕ ਅਜਿਹੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਕਹੋਗੇ ਕਿ ਤਰਸੇਮ ਜੱਸੜ ਦੀ ਸੋਚ ਦਾ ਵੀ ਕੋਈ ਜਵਾਬ ਨਹੀਂ ਹੈ। ਇਸ ਲਈ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਤਰਸੇਮ ਜੱਸੜ ਦੇ ਸਾਰੇ ਫੈਨਸ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗੇ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਨਵੇਂ ਦੋਸਤ ਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਔਨ ਕਰ ਲਵੋ ਤਾਂ ਕਿ ਇਸ ਤਰ੍ਹਾਂ ਦੀ ਅਤੇ ਹੋਰ ਇੰਟਰਟੇਨਿੰਗ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ। ਸੋ ਤੁਹਾਡਾ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਹੁਣ ਦੇਖਦੇ ਹਾਂ ਤਰਸੇਮ ਜੱਸੜ ਦੀ ਇਹ ਵੀਡੀਓ। ਜ਼ਰੂਰੀ ਹੁੰਦਾ ਮੈਂ ਆਪਣੇ ਫਾਦਰ ਸਾਹਿਬ ਤੋਂ ਇਹ ਚੀਜ਼ਾਂ ਸਿੱਖੀਆਂ। ਮੈਨੂੰ ਹੁਣ ਵੀ ਯਾਦ ਆ ਜੇ ਕਮਰੇ 'ਚ ਲਾਈਟ ਦੀ ਸੁੱਚ ਲੱਗੀ ਰਹਿ ਜਾਣੀ ਉਹ ਚਾਹੇ ਪੈਸੇ ਖਰਚਣ ਤੇ ਮੇਰੇ ਛਿੱਤਰ ਪੈਣ ਨਾ ਪੈਣ ਪਰ ਸੁੱਚ ਲੱਗੀ ਰਹਿ ਗਈ, ਪੱਖਾ ਚੱਲਦਾ ਰਹਿ ਗਿਆ, ਗੀਜ਼ਰ ਲੱਗਿਆ ਰਹਿ ਗਿਆ ਤਾਂ ਇਹਦੇ ਪਿੱਛੇ ਛਿੱਤਰ ਜ਼ਰੂਰ ਪੈਂਦੇ ਸੀ। ਉਹਦਾ ਕਾਰਨ ਕੀ ਸੀ? ਕਿਉਂਕਿ ਸਾਡੇ ਘਰੇ ਅੱਜ ਤੱਕ ਨਾ ਲੱਗਦੇ, ਉਹਨਾਂ ਨੇ ਗੁੰਡੀ ਲਾਉਣ ਦਿੱਤੀ ਆ। ਉਹਨਾਂ ਨੂੰ ਪਤਾ ਇਹ ਚੀਜ਼ਾਂ ਦੀ ਵੈਲਿਊ ਕੀ ਹੈ। ਸਾਨੂੰ ਵੀ ਆਪਣਾ ਮੂਲ ਪਛਾਣ ਕੇ ਆਪਣੇ ਚੀਜ਼ਾਂ ਦੀ ਵੈਲਿਊ, ਆਪਣੇ ਸੈਨਿਕਾਂ ਦੀ ਵੈਲਿਊ, ਆਪਣੇ ਸ਼ਹੀਦਾਂ ਦੀ ਵੈਲਿਊ, ਆਪਣੇ ਸੂਰਮਿਆਂ ਦੀ ਵੈਲਿਊ ਪਾਉਣੀ ਚਾਹੀਦੀ ਆ। ਚਾਹੇ ਉਹ ਹੁਣ ਤੋਂ 100 ਸਾਲ ਪਹਿਲਾਂ ਸ਼ਹੀਦ ਹੋਏ ਨੇ, ਚਾਹੇ ਅੱਜ ਸ਼ਹੀਦ ਹੋਏ ਨੇ, ਜਾਂ ਜਿਹੜੇ ਕੱਲ੍ਹ ਹੋਣੇ ਨੇ, ਸਾਰਿਆਂ ਦੀ ਹੀ ਸਾਨੂੰ ਵੈਲਿਊ, ਸਾਰਿਆਂ ਦੀ ਕਦਰ, ਉਹਨਾਂ ਦੇ ਪਰਿਵਾਰਾਂ ਦੀ ਕਦਰ ਕਰਨੀ ਸਾਡਾ ਫਰਜ਼ ਬਣ